अज कोटकपुरा विखे नशियां दे खात्मे नूं लैके पीबीसी वैलफेयर क्लब ते केसीआर क्लब दे 40 दे करीब नौजवानां वल्लों इक रैली कढ़ी गई, जिस नूं कोटकपुरा दे तहसीलदार रजिंदर सिंह सराम वल्लों हरी झंडी दे के रवाना कीता गया। इस मौके ते डीएसपी बलकार सिंह संधु अते डॉक्टर हरकमलजीत सिंह एसएमओ भी विशेष तौर ते हाजिर सन। इस मौके ते सवेर समय एसडीएम अमित सरीन वल्लों साइकिल चला के इलाका वासियां नूं शरीर नूं तंदुरुस्त रखण दा सुनेहा दिता। इस मौके ते पीबीसी वैलफेयर क्लब दे प्रधान राजीव मलिक, इंचार्ज देहाती नंबरदार सुखविंदर सिंह पप्पू, प्रेस सकत्तर गुरविंदर सिंह मेहंदी रत्ता, केसीआर दे प्रधान गुरप्रीत सिंह अते दोनां क्लबां दे समूह मैंबरां ने इस नशा विरोधी साइकिल रैली विच हिस्सा लिया। ਕਿੱਥੇ ਕਿੱਥੇ ਜਾ ਕੇ ਆਉਣਾ ਸਾਈਕਲ ਰੈਲੀ ਨੇ? ਇਹ ਸਾਈਕਲ ਰੈਲੀ ਪਿੰਡਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇੱਥੋਂ ਪਹਿਲਾਂ ਫੈਕਟਰੀ ਰੋਡ, ਉਧਰੋਂ ਅਸੀਂ ਜਾਂਦੇ ਹੋਏ ਫਾਟਕਾਂ ਵਿੱਚੋਂ ਹੋ ਕੇ ਪੁਰਾਣੀ ਦਾਣਾ ਮੰਡੀ, ਨਵਾਂ ਬੱਸ ਸਟੈਂਡ, ਮੋਗਾ ਰੋਡ, ਸਾਰੇ ਰੋਡਾਂ ਨੂੰ ਅਸੀਂ ਅੱਜ ਕਵਰ ਕਰਾਂਗੇ। ਅਤੇ ਇਹ ਲਗਾਤਾਰ 7 ਦਿਨ ਸਾਡੇ ਜੋ ਕੇਸੀਆਰ ਦੇ ਸਾਈਕਲ ਰਾਈਡਰਸ ਆਇਆ ਉਹ ਇਹਨੂੰ 1000 ਕਿਲੋਮੀਟਰ ਉਹਨਾਂ ਦਾ ਅਗਲਾ ਟੀਚਾ। ਤੁਹਾਨੂੰ ਉਮੀਦ ਹੈ ਵੀ ਇਹਦੇ ਨਾਲ ਨਸ਼ਿਆਂ 'ਚ ਗ੍ਰਸਤ ਹੋ ਚੁੱਕੇ ਨੌਜਵਾਨਾਂ 'ਤੇ ਕੋਈ ਪ੍ਰਭਾਵ ਪਊਗਾ? ਹਾਂਜੀ, ਹਰ ਕੰਮ ਪੋਜ਼ਿਟਿਵ ਉਮੀਦ ਨਾਲ ਹੀ ਕਰਨਾ ਚਾਹੀਦਾ ਅਤੇ ਸਾਨੂੰ ਉਮੀਦ ਹੈ ਕਿ ਸਾਡੇ ਵੀਰ ਜਿਨ੍ਹਾਂ ਵਾਸਤੇ ਅਸੀਂ ਇਹ ਉਪਰਾਲਾ ਕੀਤਾ, ਇਸ ਦਿਨ ਸਾਨੂੰ ਉਪਰਾਲਾ ਕੀਤਾ, ਉਹ ਜ਼ਰੂਰ ਕੁਛ ਨਾ ਕੁਛ ਇਹਦੇ ਵਿੱਚੋਂ ਲੜਕੇ ਜਾਗਰੂਕ ਹੋਣਗੇ ਅਤੇ ਨਸ਼ਿਆਂ ਤੋਂ ਦੂਰ ਜਾਣਗੇ। ਇਹ ਰੈਲੀ ਆਪਣੇ ਪੀਬੀਜੀ ਕਲੱਬ ਅਤੇ ਕੋਟਪੁਰ ਸਾਈਕਲ ਰਾਈਡਰ ਸਹਿਯੋਗ ਨਾਲ ਐਸਡੀਐਮ ਸਾਹਿਬ ਦੇ ਨਿਰਦੇਸ਼ ਅਨੁਸਾਰ ਚੱਲ ਰਹੀ ਹੈ। ਇਹ ਨਸ਼ਿਆਂ ਨੂੰ ਰੋਕਣ ਲਈ ਰੈਲੀ ਕੋਟਪੁਰਾ ਸਾਈਕਲ ਰਾਈਡਰ ਪੀਬੀਜੀ ਵੱਲੋਂ ਚੱਲ ਰਹੀ ਹੈ। ਮੈਂ ਅੱਜ ਆਪ ਜੀ ਦੇ ਮਾਧਿਅਮ ਰਾਹੀਂ ਕੋਟਪੁਰਾ ਸ਼ਹਿਰ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਜਿਹੜੇ ਵੀ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਨੇ ਉਹ ਨਸ਼ੇ ਛੱਡਣ। ਪੰਜਾਬ ਸਰਕਾਰ ਉਹਨਾਂ ਦਾ ਬੜੇ ਵਧੀਆ ਤਰੀਕੇ ਨਾਲ ਇਲਾਜ ਕਰਾ ਰਹੀ ਹੈ, ਉਹਨਾਂ ਨੂੰ ਅਵੇਅਰ ਕਰਨ ਦੀ ਖਾਤਰੀ ਅੱਜ ਸਾਈਕਲ ਰੈਲੀ ਜਿਹੜੀ ਹੈ ਉਹਦਾ ਆਯੋਜਨ ਸਾਡੇ ਐਸਡੀਐਮ ਸਾਹਿਬ ਨੇ ਕੀਤਾ ਹੈ। ਅਤੇ ਆਪਦੇ ਮਾਧਿਅਮ ਰਾਹੀਂ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਕਿ ਤੰਦਰੁਸਤ ਰਹੋ, ਵਧੀਆ ਸਮਾਜ ਦੀ ਸਿਰਜਣਾ ਕਰੋ, ਨਰੋਏ ਸਮਾਜ ਦੀ ਸਿਰਜਣਾ ਕਰੋ। ਧੰਨਵਾਦ। ਪੰਜਾਬ ਸਰਕਾਰ ਵੱਲੋਂ ਡੈਪੋ ਪ੍ਰੋਗਰਾਮ ਦੇ ਤਹਿਤ ਜੋ ਅੱਜ ਨਸ਼ੇ ਛੱਡੋ ਕੋੜ ਵੱਡੋ ਦੀ ਜੋ ਰੈਲੀ ਅੱਜ ਕੀਤੀ ਜਾ ਰਹੀ ਹੈ, ਗੁੱਡ ਮਾਰਨਿੰਗ ਵੈਲਫੇਅਰ ਕਲੱਬ, ਪੀਬੀਜੀ ਵੈਲਫੇਅਰ ਕਲੱਬ ਔਰ ਕੇਸੀਆਰ ਕਲੱਬ ਔਰ ਐਨਜੀਓ ਦੇ ਸਹਿਯੋਗ ਦੇ ਨਾਲ ਅੱਜ ਇਹ ਰੈਲੀ ਕੱਢੀ ਜਾ ਰਹੀ ਹੈ। ਸਾਡੇ ਮਾਣਯੋਗ ਮੁੱਖ ਮਹਿਮਾਨ ਸ਼੍ਰੀ ਅਮਿਤ ਸਰੀਨ ਜੀ ਔਰ ਮਾਣਯੋਗ ਡੀਐਸਪੀ ਸਰਦਾਰ ਬਲਕਾਰ ਸਿੰਘ ਜੀ ਔਰ ਤਹਿਸੀਲਦਾਰ ਜਿੰਦਰ ਸਿੰਘ ਸਰਾਂ ਜੀ ਅੱਜ ਝੰਡੀ ਦੇ ਕੇ ਰਵਾਨਾ ਕਰਨਗੇ। ਸਾਡਾ ਇੱਕੋ ਨਾਰਾ, ਸਾਈਕਲ ਚਲਾਓ, ਸਿਹਤ ਬਣਾਓ, ਪ੍ਰਦੂਸ਼ਣ ਘਟਾਓ। ਨਸ਼ੇ ਛੱਡੋ ਕੋੜ ਵੱਡੋ, ਨਸ਼ੇ ਛੱਡੋ ਕੋੜ ਵੱਡੋ, ਨਸ਼ੇ ਛੱਡੋ ਕੋੜ ਵੱਡੋ, ਨਸ਼ੇ ਛੱਡੋ ਕੋੜ ਵੱਡੋ। ਅੱਜ ਦੀ ਇਹ ਸਾਈਕਲ ਰੈਲੀ ਬਾਰੇ ਪਹੁੰਚੇ ਨੇ ਜੀ ਮੇਜਰ ਅਮਿਤ ਸਰੀਨ, ਐਸਡੀਐਮ ਕੋਟਕਪੂਰਾ। ਐਸਡੀਐਮ ਸਾਹਿਬ, ਇਹ ਕਾਹਦੀ ਸਾਈਕਲ ਰੈਲੀ ਕੱਢੀ ਜਾ ਰਹੀ ਹੈ ਜੀ? ਪੰਜਾਬ ਸਰਕਾਰ ਦੁਆਰਾ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਖਿਲਾਫ ਡੈਪੋ ਮੁਹਿੰਮ, ਉਹਦੇ ਥੱਲੇ ਡੈਪੋ ਜਿਹੜੇ ਸਾਰੇ ਨੇ ਆਪਣੇ ਸਾਈਕਲਿਸਟ, ਉਹ ਅੱਜ ਮੈਸੇਜ ਦੇਣ ਜਾ ਰਹੇ ਨੇ ਪੂਰੇ ਸ਼ਹਿਰ ਵਾਸੀਆਂ ਨੂੰ, ਪਿੰਡ ਵਾਸੀਆਂ ਨੂੰ, ਕਿ ਨਸ਼ਿਆਂ ਤੋਂ ਨੌਜਵਾਨ ਨੂੰ ਦੂਰ ਰਹਿਣਾ ਚਾਹੀਦਾ ਹੈ, ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਹੈ ਔਰ ਨਸ਼ਾ ਛੱਡੋ ਕੋੜ ਕੱਢੋ। ਆਪਣੇ ਪੰਜਾਬ ਨੂੰ ਉਹੀ ਜਿਹੜੀ ਪੰਜ ਦਰਿਆਵਾਂ ਦੀ ਧਰਤੀ ਸਾਡੀ ਪਵਿੱਤਰ ਹੁੰਦੀ ਸੀ ਧਰਤੀ, ਔਰ ਜਵਾਨ ਜਿਹੜਾ ਸੀ, ਹਰ ਜਵਾਨ ਜਿਸ 'ਚ ਜੋਸ਼ ਹੁੰਦਾ ਸੀ ਪੰਜਾਬ ਲਈ ਕੁਛ ਕਰਨ ਦਾ, ਉਹ ਜੋਸ਼ ਨੂੰ ਦੁਬਾਰਾ ਜਗਾਉਣਾ ਹੈ ਅਤੇ ਨਸ਼ਿਆਂ ਤੋਂ ਦੂਰ ਲੈ ਕੇ ਜਾਣਾ ਹੈ। ਇਹੀ ਨਾਰਾ ਮਾਰਦੇ ਹੋਏ ਅੱਜ ਸਾਈਕਲਿਸਟ ਸਾਰੇ ਮੈਸੇਜ ਦੇਣ ਜਾ ਰਹੇ ਨੇ। ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਹਾਂ, ਡਾਕਟਰ ਹਰਕਮਲਜੀਤ ਸਿੰਘ, ਐਸਐਮਓ ਸਾਹਿਬ। ਇਹ ਜੀਵਨ ਬਹੁਤ ਅਮੋਲਕ ਹੈ, ਇਹ ਸਾਨੂੰ ਜੋ ਸਰੀਰ ਮਿਲਿਆ ਇਹਦੀ ਪਾਲਣਾ ਵਾਸਤੇ ਕਸਰਤ ਕਰੀਏ, ਸਾਈਕਲਿੰਗ ਕਰੀਏ, ਸਾਫ਼ ਸੁਥਰੀ ਖੁਰਾਕ ਖਾਈਏ, ਨਸ਼ੇ ਛੱਡੀਏ ਅਤੇ ਘੋੜ ਵੱਢੀਏ ਜੀਵਨ 'ਚੋਂ ਅਤੇ ਇਸ ਜੀਵਨ ਨੂੰ ਸਫਲਾ ਕਰੀਏ। ਸਾਈਕਲ ਰੈਲੀ ਨੂੰ ਝੰਡੀ ਦੇਣ ਲਈ ਰਵਾਨਾ ਕਰਨਗੇ ਤਹਿਸੀਲਦਾਰ ਰਜਿੰਦਰ ਸਿੰਘ ਸਰਾਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੋ ਅੱਜ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਅੱਜ ਸਤਿਕਾਰਯੋਗ ਐਸਡੀਐਮ ਕੋਟਕਪੂਰਾ ਮੇਜਰ ਅਮਿਤ ਸਰੀਨ ਜੀ ਦੀ ਅਗਵਾਈ ਦੇ ਵਿੱਚ ਅੱਜ ਡੈਪੋ ਮੁਹਿੰਮ ਦੇ ਤਹਿਤ ਅੱਜ ਸਾਈਕਲ ਰੈਲੀ ਸ਼ਹਿਰ ਦੇ ਵਿੱਚ ਕੱਢੀ ਜਾ ਰਹੀ ਹੈ, ਜੋ ਕਿ ਸਾਰੇ ਸ਼ਹਿਰ ਨੂੰ ਸੁਨੇਹਾ ਦੇਣ ਲਈ ਹੈ ਕਿ ਨਸ਼ੇ ਛੱਡ ਕੇ ਤੰਦਰੁਸਤ ਜੀਵਨ ਵੱਲ ਆਪਾਂ ਆਈਏ। ਜੋ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਨੌਜਵਾਨ ਬਹੁਤ ਮਾਰੂ ਨਸ਼ਿਆਂ ਦੇ ਪ੍ਰਭਾਵ ਥੱਲੇ ਆ ਚੁੱਕੀ ਹੈ, ਉਹਨਾਂ ਨੂੰ ਬਾਹਰ ਕੱਢਣ ਲਈ ਇਹ ਤੁਰਸ਼ਿਆ ਉਪਰਾਲਾ ਹੈ। ਕੋਟਕਪੂਰੇ ਦਾ ਨਾਂ ਦੁਨੀਆਂ ਦੇ ਕੋਨੇ ਕੋਨੇ ਤੱਕ ਰਛਣਾਉਣ ਵਾਲੀ ਕੋਟਕਪੂਰਾ ਸਾਈਕਲ ਰਾਈਡਰ। ਸਾਈਕਲ ਚਲਾਓ, ਤੰਦਰੁਸਤ ਰਹੋ, ਨਸ਼ਾ ਛੱਡੋ ਔਰ ਦੇਸ਼ ਬਚਾਓ ਔਰ ਆਪਣੀ ਜਵਾਨੀ ਬਚਾਓ। ਵਾਹ ਜੀ। ਹਾਂਜੀ, ਨਸ਼ਾ ਛੱਡੋ, ਸਾਈਕਲ ਚਲਾਓ, ਤੰਦਰੁਸਤ ਰਹੋ, ਸਾਈਕਲ ਚਲਾਓ, ਤੰਦਰੁਸਤ ਰਹੋ, ਨਸ਼ਾ ਛੱਡੋ, ਕੋੜ ਵੱਡੋ, ਨਸ਼ਾ ਛੱਡੋ, ਕੋੜ, ਨਸ਼ਾ ਛੱਡੋ, ਕੋੜ ਵੱਡੋ।
पंजाब दर्पण न्यूज़ लिए कोटकपुरा तो अर्शदीप सिंह अर्शी की विशेष रिपोर्ट।